ਤੇ ਮੋਸਲੀਨਾ ਲਾਈਕ ਹੁੰਦਾ ਜਦ ਤੁਹਾਡੇ ਕੋਲ ਕੋਈ ਆਫਰ ਆਉਂਦਾ ਹੈ ਫਿਲਮ ਦਾ ਬਹੁਤ ਹੈਜ਼ਿਟੈਂਸ ਹੁੰਦੀ ਹੈ ਕਿ ਕੀ ਆਇਆ ਇੱਕ ਵਾਰ ਚਾਹ ਹਾਂ ਕਰਤੀ ਸੀ ਕੀ ਸੀਗਾ ਦੇ ਮਾਗ ਦੇ ਵਿੱਚ ਜਦ ਗੁਨਾਮ ਦੀ ਟੀਮ ਵੱਲੋਂ ਆਫਰ ਆਇਆ ਇਹ ਸਵਾਲ ਮੈਨੂੰ ਕੀਤਾ ਕਿਸੇ ਨੇ ਵਧੀਆ ਗੱਲ ਲੱਗੀ ਜਦੋਂ ਫੋਨ ਆਇਆ ਇਹਨਾਂ ਦਾ ਤਾਂ ਮੈਨੂੰ ਲੱਗਿਆ ਵੀ ਹਾਂ ਫਿਲਮ ਦੀ ਗੱਲ ਹੈ ਚਲੋ ਇਹਨਾਂ ਨੇ ਕਿਹਾ ਵੀ ਇੱਕ ਇਦਾਂ ਦੀ ਸਟੋਰੀ ਹੈ ਹਾਂ ਆਫਕੋਰਸ ਮੈਂ ਪਹਿਲੀ ਫਿਲਮ ਕੀਤੀ ਸੀ ਤਾਂ ਉਹਦੇ ਚ ਸਕਰੀਨ ਟਾਈਮ ਨਹੀਂ ਮਿਲਿਆ ਮਿਲਿਆ ਸੀ ਇੰਨਾ ਇੱਕ ਐਂਟਰੀ ਲਈ ਕਰਨੀ ਸੀਗੀ ਉਹ ਮੈਂ ਕਰਤੀ ਦੁਨੀਆ ਨੂੰ ਪਤਾ ਮਤਲਬ ਇੰਡਸਟਰੀ ਨੂੰ ਪਤਾ ਲੱਗ ਗਿਆ ਦੁਨੀਆ ਨੂੰ ਪਤਾ ਲੱਗ ਗਿਆ ਕਿ ਮੈਂ ਹੀ ਫਿਲਮ ਕਰ ਰਹੀ ਐ ਜਾਂ ਹੁਣ ਇਹਨੂੰ ਅਪਰੋਚ ਕਰ ਸਕਦੇ ਆ ਤੇ ਜਦੋਂ ਫਿਲਮ ਆਫਰ ਹੋਈ ਤਾਂ ਮੈਂ ਇਹੀ ਗੱਲ ਕਹੀ ਜਦੋਂ ਇਹਨਾਂ ਨੇ ਕੈਰੇਕਟਰ ਸੁਣਾਇਆ ਕਿਉਂਕਿ ਤੁਸੀਂ ਦੇਖਿਆ ਹੋਣਾ ਟ੍ਰੇਲਰ 'ਚ ਉਹ ਸ਼ਰਾਬ ਵੀ ਪੀ ਰਹੀ ਐ ਔਰਕੈਸਟਰਾ ਦਾ ਕੈਰੇਕਟਰ ਪਲੇ ਕਰ ਰਹੀ ਐ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਦੀ ਪਹਿਲੀ ਪਹਿਲੀ ਵਾਰੀ ਹੈ ਵੀ ਸਹੀ ਹੈ ਜਾਂ ਤੁਹਾਨੂੰ ਲੱਗਦਾ ਕਿਉਂਕਿ ਉਹ ਕਰੈਕਟਰ ਬੜਾ ਬੋਲਡ ਹੈ ਉਹਨੂੰ ਨਿਭਾਉਣਾ ਨਿਭਾਉਣ ਲਈ ਤੁਹਾਨੂੰ ਸੱਚੀ ਅੰਦਰੋਂ ਚਾਹੀਦੀਆਂ ਉਦਾਂ ਦੀਆਂ ਫੀਲਿੰਗਸ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਸ਼્યોਰ ਹੋ ਮੈਂ ਗੁਰਨਾਮ ਜੀ ਨੂੰ ਇਹ ਕਿਹਾ ਮੈਂ ਕਿਹਾ ਗੁਰਨਾਮ ਜੀ ਤੁਸੀਂ ਮੇਰੇ ਤੋਂ ਵੱਧ ਕੰਮ ਕੀਤਾ ਤੁਹਾਨੂੰ ਪਤਾ ਵੀ ਮੈਂ ਕਿਵੇਂ ਕਰਨਾ ਹੈ ਮੈਂ ਕਿਵੇਂ ਪਲੇ ਕਰਨਾ ਹੈ ਇਹ ਤੁਹਾਡਾ ਕਰੈਕਟਰ ਕਿਦਾਂ ਦਾ ਕੀ ਡਿਮਾਂਡ ਕਰਦਾ ਮੈਂ ਕਿਹਾ ਜੇ ਤੁਹਾਨੂੰ ਲੱਗਦਾ ਮੈਂ ਕਰ ਲੂੰਗੀ ਤਾਂ ਮੈਂ ਕਿਹਾ ਮੈਂ ਕਰ ਲੂੰਗੀ ਕਿਆ ਬਾਤ ਹੈ ਸੋ ਲਾਈਕ ਯੂ ਇਨਵੈਸਟਡ 올 ਇਟ ٹرسٹ ਇਨ ਗੁੱਡ ਨਾ ਹਾਂਜੀ ਕਿਆ ਬਾਤ ਮੈਂ ਆਹੀ ਗੱਲ ਪੁੱਛੀ ਵੀ ਜੇ ਤੁਹਾਨੂੰ ਮੈਨੂੰ ਇਦਾਂ ਲੱਗਿਆ ਵੀ ਜਿੰਨੇ ਵੀ ਇਨਵੈਸਟ ਕਰਨੇ ਆ ਮੈਂ ਕੱਲੀ ਮੈਨੂੰ ਪੇਮੈਂਟ ਦੇਣ ਦੀ ਗੱਲ ਨਹੀਂ ਹੁੰਦੀ ਉਹ ਕੈਰੈਕਟਰ ਤੇ ਇਨਵੈਸਟ ਕੀਤਾ ਨਾ ਪੂਰਾ ਮਤਲਬ ਉਹਦੇ ਆਲੇ ਦੁਆਲੇ ਫਿਲਮ ਬਣੀ ਹੈ ਤਾਂ ਜੇ ਉਹਨੇ ਹੀ ਨਹੀਂ ਵਧੀਆ ਕੰਮ ਕੀਤਾ ਤਾਂ ਉਹ ਫਿਰ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਮੇਰੇ ਦਿਮਾਗ 'ਚ ਆ ਬਹੁਤ ਸੀਗਾ ਐਂਡ ਤੱਕ ਵੀ ਮੇਰੇ ਵੱਲੋਂ ਕੋਈ ਕਮੀ ਨਾ ਹੋਵੇ ਵੀ ਜੇ ਇਹਨਾਂ ਨੇ ਮੈਨੂੰ ਲਿਆ ਤਾਂ ਇਹਨਾਂ ਨੂੰ}}{| ਲੱਗੇ ਨਹੀਂ ਯਾਰ ਆਪਾਂ ਵਧੀਆ ਡਿਸੀਜਨ ਲਿਆ ਜਾਂ ਕੋਈ ਇਦਾਂ ਦੀ ਗੱਲ ਹੈ ਤਾਂ ਮੈਂ ਸਾਰਾ ਇਹਨਾਂ ਦੇ ਉੱਤੇ ਹੀ ਸੁੱਟਦਾ ਸੀ ਮੈਂ ਕਿਹਾ ਤੁਸੀਂ ਦੇਖ ਲਓ ਤੁਸੀਂ ਕਰ ਮਤਲਬ ਜੀ ਵੀ ਤੁਸੀਂ ਤੁਹਾਨੂੰ ਲੱਗਦਾ ਮੈਂ ਕਰ ਲੂੰਗੀ ਮੇਰੇ ਵੱਲੋਂ ਕੋਈ ਗੱਲ ਨਹੀਂ